पंजाब दे डीजीपी गौरव यादव दीआं हदायतां ते पुलिस जिला खन्ना दे एसएसपी रवि कुमार दे दिशा निर्देशां हेठ अज समराला दे डीएसपी वरियाम सिंह दी अगवाई हेठ बाजार विच फ्लैग मार्च कढ़िया गया। इह फ्लैग मार्च समराला थाणा तों शुरू हो के मुख बाजार खन्ना रोड माछीवाड़ा रोड अते वख-वख गलियां मुहल्लियां विचों हुंदा होया वापस थाणा समराला विखे समाप्त होया। इस मौके समराला विखे नवें तैनात होए डीएसपी वरियाम सिंह ने प्रेस कॉन्फ्रेंस नाल गलबात करदे होए कहा कि ਉਹਨਾਂ ਦਾ ਮੁੱਖ ਮਕਸਦ ਸਮਰਾਲਾ ਇਲਾਕੇ ਵਿੱਚ ਅਮਨ ਸ਼ਾਂਤੀ ਬਣਾਏ ਰੱਖਣਾ ਹੈ ਅਤੇ ਆਮ ਲੋਕਾਂ ਦੀ ਸੁਰੱਖਿਆ ਕਰਨਾ ਮੁੱਖ ਕਾਰਜ ਹੈ। ਰਿਪੋਰਟ ਜਨ ਕਲਿਆਣ ਟੀਵੀ ਪੱਤਰਕਾਰ ਹਨੀਸ਼ ਕੌਸ਼ਲ ਸਮਰਾਲਾ। ਜੀ ਅੱਜ ਅਸੀਂ ਐਸਐਸਪੀ ਸਾਹਿਬ ਦੇ ਹੁਕਮਾਂ ਨਾਲ ਸਬ ਡਿਵੀਜ਼ਨ ਸਮਰਾਲਾ 'ਚ ਐਸਐਚਓ ਸਮਰਾਲਾ ਅਤੇ ਐਸਐਚਓ ਮਾਛੀਵਾੜਾ ਸਮੇਤ ਚਾਰਾਂ ਚੌਂਕੀਆਂ ਅਤੇ ਥਾਣਿਆਂ ਦੀ ਫੋਰਸ ਨਾਲ ਲਾਅ ਐਂਡ ਆਰਡਰ ਨੂੰ ਧਿਆਨ ਵਿੱਚ ਰੱਖਦੇ ਹੋਏ ਫਲੈਗ ਮਾਰਚ ਕਰ ਰਹੇ ਹਾਂ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਇਹ ਫਲੈਗ ਮਾਰਚ ਜਿਹੜਾ ਅਸੀਂ ਸਮਰਾਲਾ ਤੋਂ ਸ਼ੁਰੂ ਕੀਤਾ, ਸਮਰਾਲਾ ਥਾਣਾ ਦੇ ਏਰੀਆ 'ਚੋਂ ਹੁੰਦੇ ਹੋਏ ਅਸੀਂ ਮਾਛੀਵਾੜਾ ਐਂਟਰ ਕਰਾਂਗੇ ਔਰ ਸਾਰਾ ਮਾਛੀਵਾੜੇ ਦਾ ਏਰੀਆ ਕਵਰ ਕਰਕੇ ਵਾਪਸ ਸਮਰਾਲਾ ਚੌਂਕ ਜਾ ਕੇ ਖਤਮ ਕਰਾਂਗੇ। ਅਸੀਂ ਲੋਕਾਂ ਨੂੰ ਇਹੀ ਅਪੀਲ ਕਰਾਂਗੇ ਕਿ ਉਹ ਸ਼ਾਂਤੀ ਬਣਾਈ ਰੱਖਣ, ਲਾਅ ਐਂਡ ਆਰਡਰ ਜਿਹੜਾ ਉਹ ਸਾਰਿਆਂ 'ਚ ਮੇਨਟੇਨ ਰਹੇ, ਕੋਈ ਮਿਸ ਹੈਪਨਿੰਗ ਨਾ ਹੋਵੇ। ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਸ਼ਾਂਤੀ ਬਣਾ ਕੇ ਰੱਖ। ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ ਯੂਟਿਊਬ ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਆਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਵੀਂ ਤੋਂ ਨਵੀਂ ਕੋਈ ਨਿਊਜ਼ ਅਪਲੋਡ ਕਰੀਏ ਤਾਂ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ।